ਜੇ ਅਮਲੀ ਦੀ ਕਬੂਤਰੀ ਉੱਡ ਗਈ ਸਾਰੇ ਅਮਲਿਆਂ ਦੀ ਬੇਇੱਜ਼ਤੀ ਹੋ ਜੂ। ਐ ਕਿੱਥੇ ਉੱਡਣ ਦਿੰਦੇ ਆ ਜੀ, ਮੈਨੂੰ ਥੋੜੇ ਜਿਹੇ ਪੈਸੇ ਦੇ ਦਿੰਦੇ, ਮੇਰੀ ਫਰੈਂਡ ਦੀ ਮੈਰਿਜ ਆ ਰਹੀ ਆ, ਮੈਂ ਸੂਟ ਲੈ ਕੇ ਆਣਾਗਾ। ਪੈਸੇ ਕਿੱਥੋਂ ਦਾ ਯਾਰ? ਯਾਰ ਕੁਛ ਤਾਂ ਕੋਈ ਮੈਨੂੰ ਨਹੀਂ ਪਤਾ, ਮੈਨੂੰ ਤਾਂ ਪੈਸੇ ਦਿਓ, ਮੈਂ ਤਾਂ ਮੇਰੀ ਫਰੈਂਡ ਦੀ ਮੈਰਿਜ ਤੇ ਜਾਣਾਗਾ। ਕੁਛ ਕਿੱਥੋਂ ਯਾਰ, ਹੁਣ ਕੋਈ ਕੰਮ ਤਾਂ ਚੱਲਦਾ ਨਹੀਂ ਹੈਗਾ ਆਪਣਾ, ਜਿਹੜੇ ਆਪਣੇ ਕੋਲੇ ਪਹਿਲਾਂ ਸੀਗੇ ਸਾਰੇ ਖਾ ਗਏ ਆਪਾਂ ਉਹਨੂੰ। ਉਹ ਜਿਹੜੇ ਤੁਸੀਂ ਪਹਿਲਾਂ ਰਿਸ਼ਤੇ ਕਰਾਉਂਦੇ ਹੁੰਦੇ ਸੀਗੇ, ਕਿਸੇ ਦਾ ਕਰਾ ਦੋ ਰਿਸ਼ਤਾ ਰੁਸ਼ਤਾ। ਉਹ ਰਿਸ਼ਤੇ ਕਿੱਥੋਂ ਕਰਾਦਾ ਹੁਣ, ਮੁੰਡੇ ਵਾਲੇ ਤਾਂ ਹੁੰਦੇ ਨੇ, ਕੁੜੀ ਨੀ ਨਾ ਮਿਲਦੀ ਕਿਤੋਂ। ਤੇ ਤੁਸੀਂ ਲੱਭੋ ਕੁੜੀ ਕਿਤੋਂ। ਕੁੜੀ ਕਿੱਥੋਂ ਲੱਭਾਂ, ਕਿਤੋਂ ਤਾਂ ਲੱਭੋ। ਮੇਰੇ ਕੋਲ ਇੱਕ ਆਈਡੀਆ ਹੈਗਾ। ਮਤਲਬ? ਜੇ ਤੂੰ ਮੇਰਾ ਸਾਥ ਦੇਵੇਂ। ਉਹ ਕਿਵੇਂ? ਆਪਾਂ ਨੂੰ ਵਿਆਹ ਵਾਸਤੇ ਕੁੜੀ ਚਾਹੀਦੀ ਹੈ। ਹਾਂਜੀ। ਕੁੜੀ ਆਪਣੇ ਕੋਲ ਹੈਗੀ ਹੈ। ਕਿੱਥੇ ਆਈ? ਤੂੰ? ਮੈਂ? ਹੋਰ ਪਾਗਲ ਹੋਈ ਹੋ ਤੁਸੀਂ, ਮੈਥੋਂ ਨੀ ਇਹ ਕੰਮ ਹੋਣਾਗਾ। ਕੋਈ ਗੱਲ ਸੁਣ। ਨਾ ਨਾ ਮੈਂ ਨੀ ਕਰ ਸਕਦੀ, ਪੈਸਿਆਂ ਦੀਆਂ ਨੇਰੀਆਂ ਆਉਣਗੀਆਂ ਨੇਰੀਆਂ। ਯਾਰ ਤੁਸੀਂ ਊ ਨਾ ਮਰਵਾ ਦਿਓ ਮੈਨੂੰ। ਉਹ ਮਰਵਾਉਣ ਵਾਲੀ ਕੋਈ ਗੱਲ ਨੀ, ਤੁਸੀਂ ਸਕੀਮ ਸੁਣ ਮੇਰੀ। ਦੱਸੋ ਆਪਾਂ ਕੀ ਕਰਨਾ ਹੈ। ਠੀਕ ਹੈ ਨਾ ਗੱਲ? ਠੀਕ ਹੈ ਠੀਕ ਹੈ। ਓਕੇ ਓਕੇ। ਤੂੰ ਕਰ ਤੇਰੀ, ਮੈਂ ਲੱਭਦਾ ਕੋਈ ਮੁੰਡਾ, ਨੇਰੀਆਂ ਲਿਆਦਾਂਗੇ ਪੈਸਿਆਂ ਦੀਆਂ ਆਪਾਂ। ਫਿਰ ਕੀ ਹੋ ਗਿਆ, ਕਰੈਕਟਰ ਹੀ ਕਰਨਾ? ਅਸਲ 'ਚ ਤਾਂ ਮੇਰੇ ਘਰ ਵਾਲੀ ਹੈਗੀ। ਚੱਲ ਮੈਂ ਲੱਭਦਾ ਕੋਈ ਮੁੰਡਾ ਫਿਰ। ਠੀਕ ਹੈ। ਲੈ ਹੋ ਬੈਠਾ ਮੁਰਗਾ, ਇਹਨੂੰ ਪਾਉਣੇ ਆ ਚੋਗਾ। ਹੋਰ ਵੀ ਲਾਡੀ ਕੀ ਹਾਲ ਹੈ? ਵਧੀਆ ਜੀ, ਅੱਛਾ ਤੂੰ ਦੱਸ। ਹੋਰ ਠੀਕ ਰਹਿਣਾ? ਹਾਂ ਹਾਂ ਵਧੀਆ ਰਹਿਣਾ ਮੈਂ। ਚੱਲ ਵਧੀਆ। ਹੋਰ ਘਰੇ ਪਰਿਵਾਰ ਠੀਕ ਹੈ ਤੇਰਾ? ਹਾਂ ਹਾਂ ਅੱਛਾ, ਨਾ ਹੋਰ ਕੋਈ ਘਰ ਬਾਰ ਨਹੀਂ? ਬਸ ਠੀਕ ਹੈ ਵਧੀਆ। ਤੇ ਹੁਣ ਕਿਤੇ ਦੇਖੇ ਨੀ, ਕਿਹੜੇ ਪਾਸੇ ਰਹਿਣ ਲੱਗ ਗਿਆ? ਉਹ ਬਸ ਯਾਰ ਨਾ ਮੈਂ ਥੋੜਾ ਜਿਹਾ ਬਿਜੀ ਸੀਗਾ। ਅੱਛਾ। ਮੈਂ ਨਾ ਰਿਸ਼ਤੇ ਜੇ ਕਰਾਉਣ ਦਾ ਕੰਮ ਕਰਦਾਗਾ। ਰਿਸ਼ਤੇ ਕਰਾਉਣ ਦਾ ਕੰਮ? ਹੋਰ ਮੈਂ ਤਾਂ ਕਰਾ ਦੇ 20 ਰਿਸ਼ਤੇ ਪਿੰਡ ਚ। ਸੱਚੀ? ਤੈਨੂੰ ਪਤਾ ਹੀ ਨੀ ਚੀਜ਼ਦਾ ਕੋਈ, ਫਿਰ ਮੈਨੂੰ ਵੀ ਕਰਾ ਦੇ ਕਿਤੋਂ। ਤੈਨੂੰ ਵੀ ਕਰਾ ਦੂੰਗਾ, ਤੈਨੂੰ ਤਾਂ ਇਹੀ ਜੀ ਬਹੂ ਲਿਆ ਕੇ ਦਊ। ਪਿੰਡ ਚ ਆਖਣਗੇ ਵੀ ਚਿੱਟੀ ਦੁੱਧ ਵਰਗੀ ਲੈ ਕੇ ਆਇਆ ਲਾਡੀ ਬਹੂ। ਹੱਥ ਲਾਈ ਮੈਲੀ? ਹੱਥ ਲਾਈ ਮਾਹਿਆ, ਤੂੰ ਕਹੇਗਾ ਫਿਰ ਪਿੰਡ ਦੇ ਵਿੱਚ ਸ਼ਿਫਤਾਂ ਕਰਾ ਦੀ। ਸ਼ਿਫਤਾਂ? ਸ਼ਿਫਤਾਂ ਤੇਰੀਆਂ ਪੱਕੇ ਮਹਾ ਕਿਤੇ ਸ਼ਿਫਤਾਂ। ਬਾਕੀ ਹੈ ਹੈਗਾ ਸ਼ਿਫਤਾਂ ਵਾਲੇ ਨੀ ਕਿਸੇ ਨੂੰ। ਸ਼ਿਫਤਾਂ ਤੇਰੀਆਂ ਪੂਰੀਆਂ ਕਰਾ ਦਾਂਗੇ ਆਪਾਂ। ਹਾਂ ਹਾਂ। ਬਾਕੀ ਹੋਰ ਹੈ, ਸ਼ਾਮ ਸ਼ੂਪ ਪਾਏਗਾ ਕਿ ਨਾ? ਛਾਪ ਜਾ ਤੈਨੂੰ ਮੈਂ ਪਾ ਦੂੰਗਾ। ਮੈਂ ਨਾ ਮੈਂ ਛਾਪਾਂ ਲੈਂਦੀ ਨੀ, ਸ਼ਾਂਪਾਂ ਰਿਸ਼ਤੇ 20 ਕਰਾ ਤੇ, ਉਂਗਲਾਂ ਨੇ 10 ਮੇਰੀਆਂ, ਸ਼ਾਂਪਾਂ ਤਾਂ ਪੂਰੀ ਨੀ ਆਉਂਦੀਆਂ ਹੈਗੀਆਂ। ਫੇ ਖਰਚਾ ਕਿੰਨਾ ਕ ਲਏਗਾ? ਖਰਚਾ ਖੁਰਚਾ ਦੱਸ ਦੇ। ਰੁਪਿਆ 50,000 ਲਊਗਾ ਮੈਂ। 50,000? ਤੇ ਹੋਰ ਲੋਕਾਂ ਦਾ ਮੈਂ 2-2 ਲੱਖ ਰੁਪਿਆ ਲੈਣਾ ਗਾ। 50,000 ਦਾ ਯਾ ਬਾਲਾ, ਮੈਂ 50,000 ਕਿੱਥੋਂ ਲਿਆਉਂਗਾ? ਆਖਿਆ ਮੈਂ ਯਾਰ 5 ਘੱਟ ਨੀ ਲੈਂਦਾ, 5 ਲੈਂਦਾ ਵੱਧ। ਬਹੂ ਤੈਨੂੰ 1 ਨੰਬਰ ਲੈ ਕੇ ਦੇਊਂਗਾ। 1 ਨੰਬਰ? ਹਾਂ। ਚੱਲ ਫਿਰ ਮੈਂ ਐ ਕਰਦਾਗਾ, ਕਦੋਂ ਮੱਝ ਵੇਚ ਦਾਨਾਗਾ। ਉਹ ਤੂੰ ਜੋ ਮਰਜ਼ੀ ਕਰ, ਰੱਬਦਾ ਮੈਨੂੰ ਕੀ ਚੱਕਰ ਆ ਉਹਦੇ ਨਾਲ। ਹਾਂ ਮੈਂ ਮੱਝ ਵੇਚ ਕੇ ਤੈਨੂੰ ਜੇ 50,000 ਰੁਪਇਆ ਦੇ ਦੂੰਗਾ। ਮੈਂ ਖਾਂ ਜਮਾ ਤੈਨੂੰ 1 ਨੰਬਰ ਬਹੁ ਲੈ ਕੇ ਦਊਂ। ਠੀਕ ਹੈ, ਬਾਕੀ ਹੋਰ ਕਿਸੇ ਕੋਲੇ ਗੱਲ ਨਾ ਕਰੀ ਇਹ। ਲੈ ਤੂੰ ਕਰ ਪੈਸਿਆਂ ਦਾ ਜਗਾੜ, ਮੈਂ ਕਰਦਾ ਬਹੂ ਦਾ ਜਗਾੜ। ਠੀਕ ਹੈ? ਹਾਂ। ਲੈ ਹੁਣ ਬਣ ਗਈ ਗੱਲ, ਜਿਹੜੇ ਪਿੰਡ ਚ ਛੜਾ ਛੜਾ ਕਹਿੰਦੇ ਸੀਗੇ
ਉਹਨਾਂ ਦੇ ਕਰਾਂਗੇ ਮੂੰਹ ਬੰਦ। ਮੱਝ ਦਾ ਕੀ ਆ, ਮੱਝ ਤਾਂ ਆਪਾਂ ਦੁਬਾਰੇ ਵੀ ਲੈ ਆਵਾਂਗੇ ਵਿੱਚ ਕੇ। ਚਾਹ ਦਾ ਕੀ ਆ, ਆਪਾਂ ਚਾਹ ਤਾਂ ਕਾਲੀ ਪੀ ਲਾਂਗੇ, ਬਹੁ ਗੋਰੀ ਲਿਆਵਾਂਗੇ ਪੂਰੀ ਚਿੱਟੀ ਦੁੱਧ ਵਰਗੀ। ਹਾਂ ਹਾਂ ਉਹ ਰਿਸ਼ਤੇ ਦਾ ਕੀ ਬਣਿਆ, ਉਹ ਉਹ ਤਾਂ ਯਾਰ ਹੋ ਗਿਆ ਜੀ, ਉਹਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਏਡੀ। ਹਾਂ ਹਾਂ ਆਪਣੀ ਗਰੰਟੀ ਹੈ ਪੱਕੀ, ਉਹ ਵੀ ਕਰਾ ਲਾਂਗੇ। ਉਹ ਬਾਕੀ ਆਪਾਂ ਨੂੰ ਕੀ ਚੱਕਰ ਆ, ਉਹ ਰਿਸ਼ਤਿਆਂ ਦੀ ਕੀ ਗੱਲ ਕਰਦਾ, ਰਿਸ਼ਤੇ ਤਾਂ ਆਪਾਂ 20 ਕਰਾ ਦਾਂਗੇ 20, ਪਹਿਲਾਂ ਇੰਨੇ ਕਰਾਤੇ ਆਪਾਂ ਨੇ। ਹਾਂ ਉਹ ਥੋੜਾ ਜਿਹਾ ਚੱਕਰ ਪੈ ਗਿਆ ਦੀ ਕੁੜੀ ਜੀ ਦਾ, ਬਾਕੀ ਠੀਕ ਆ ਏਡੀ ਕੋਈ ਗੱਲ ਨੀ ਹੈਗੀ, ਕੋਈ ਨੀ ਰਿਸ਼ਤਿਆਂ ਦੀ ਘਾਟ ਆ ਆਪਾਂ ਨੂੰ ਯਾਰ। ਹਾਂ ਬਾਈ ਇੱਕ ਮਿੰਟ ਮੈਂ ਬਾਅਦ ਚੋਂ ਕਰਦਾ, ਚੱਲ ਠੀਕ ਆ ਤੂੰ ਵਧੀਆ ਕੀ ਕੰਮ ਕਰਦਾ ਬਾਈ ਤੂੰ? ਉਹ ਕੰਮ ਤਾਂ ਬਸ ਆਪਾਂ ਆਹੀ ਰਿਸ਼ਤੇ ਜੇ ਕਰਾਉਂਦਾ ਕਰ ਦਿਆਂਗੇ। ਮੈਨੂੰ ਪਤਾ ਦੇਖ ਤੇਰੇ ਭਾਈ ਚ ਕੋਈ ਕਮੀ ਹੈ, ਮੈਨੂੰ ਪਤਾ ਤੂੰ ਇੱਕ ਨੰਬਰ ਆ ਯਾਰ, ਕੋਈ ਕਮੀ ਨੀ ਨਾ। 10 ਕਿੱਲੇ ਵਾਹਣ ਦੇ ਹੁੰਦੇ, ਤਾਇਆ ਆਉਂਦੇ ਕਿ ਨਹੀਂ ਆਉਂਦੇ? ਦਾਸੀ ਬਾਈ ਆਉਂਦੇ? ਆਉਂਦੇ ਮੇਰੇ ਪਿੰਡ ਵਾਲੇ ਭੈਣ ਦੇ ਯਾਰ, ਮੇਰਾ ਰਿਸ਼ਤਾ ਨੀ ਹੋਣ ਦਿੰਦੇ। ਅੱਛਾ ਬਸ ਦੇਖ, ਨਾ ਤਾਂ ਮੈਂ ਪੀਵਾਂ ਦਾਰੂ ਨਾ ਕੋਈ ਹੋਰ ਨਸ਼ਾ, ਮਾੜਾ ਮੋਟਾ ਨਸ਼ਾ ਤੈਨੂੰ ਪਤਾ ਹੀ ਆ ਯਾਰ, ਸਾਰੇ ਕਰਦੇ, ਕਿਹੜਾ ਨੀ ਕਰਦਾ, ਸਾਰੇ ਕਰਦੇ ਆ। ਮੈਨੂੰ ਮੇਰੇ ਸਾਲਿਆਂ ਨੇ ਇੰਨਾ ਬਦਨਾਮ ਕੀਤਾ, ਕੋਈ ਰਿਸ਼ਤਾ ਨੀ ਹੋਣ ਦਿੰਦੇ। ਉਹ ਸੱਚ ਜਿਹੜਾ ਤੇਰਾ ਪਹਿਲਾਂ ਮੰਗਣਾ ਜਿਹਾ ਹੋਇਆ ਸੀ, ਉਹ ਕਿਤੇ ਯਾਰ ਰਿਸ਼ਤਾ ਹੋ ਚੱਲਿਆ ਹੈਗਾ। ਅੱਛਾ ਉਹ ਭੈਣ ਦੇ ਯਾਰ ਸਾਡਾ ਗਵਾਂਢੀ ਨੀ ਚੈਂਚਲ, ਉਹ ਤਾਂ ਬੰਦੇ ਹੈ ਨਹੀਂ ਕੰਮ ਦੇ, ਮੈਨੂੰ ਵੀ ਪਤਾ ਪਾਣੀ ਮਾਰ ਗਿਆ ਮੇਰੇ ਸਾਲੇ ਦਾ। ਮੈਂ ਵੀ ਇੱਕ ਦੋ ਰਿਸ਼ਤੇ ਜੇ ਮੈਂ ਤਾਂ ਵੱਡਣ ਲੱਗਾ ਸੀ। ਅੱਛਾ ਹਾਂ ਉਹ ਮੇਰੇ ਵਾਲੇ ਤਾਏ ਨੇ ਮਨਾ ਕਰਤਾ, ਠੀਕ ਹੈ ਉਹ ਕਹਿੰਦਾ ਛੱਡ ਖੜਾ ਗੁੱਸਾ ਕਰਦਾ, ਤੂੰ ਮੇਰਾ ਵੀਰ ਬਣ ਕੇ ਹੁਣ ਮੇਰੀ ਗੱਲ ਸੁਣ, ਜੇ ਤੂੰ ਮੇਰਾ ਰਿਸ਼ਤਾ ਕਰਾ ਦੇ ਜੋ ਤੂੰ ਕਹੇਗਾ ਉਹ ਕਰ ਦਾਂਗੇ ਆਪਾਂ ਰਿਸ਼ਤਾ, ਤੈਨੂੰ ਮੈਂ ਕਰਾ ਦੂੰਗਾ, ਤੂੰ ਕਰਾ ਮੈਂ ਹੈਗਾ ਨਾ ਬਸ ਤੈਨੂੰ, ਮਾਰੂ ਮੇਰੇ ਸਾਲੇ ਦੇ ਕੰਨ ਤੇ ਦੂਏ ਦੀਆਂ ਗੱਲਾਂ ਚ ਨਾ ਵੀ ਬਾਈ, ਤੂੰ ਮੇਰੇ ਜਵਾਕ ਆ ਮੇਰੇ ਨਾਲ ਬਾਲਾ ਨੀ ਬੋਲਣਾ। ਚੱਲ ਉਹ ਤੂੰ ਮੈਨੂੰ ਐ ਦੱਸ ਲੈਣ ਦੇਣ ਦਾ ਕਰੇਗਾ ਵਧੀਆ, ਉਹ ਬਾਈ ਤੇਰੇ ਤੋਂ ਕਿਤੇ ਭੱਜਿਆ ਵਾ, ਦੱਸ ਕੀ ਮੰਗਦਾ ਤੂੰ ਦੱਸ। ਊ ਤਾਂ ਆਪਾਂ 1,00,000 ਰੁਪਏ ਲੈਣੇ ਆਗੇ, ਚੱਲ ਤੇ ਇਥੋਂ 50-60 ਹਜ਼ਾਰ ਚ ਪਤਰਾ ਕਰਦਾ ਤੈਨੂੰ, 50-3 ਤੋਲੇ ਦੀ ਸਾਫ ਪਾ ਦਾ ਮੈਂ, ਚੱਲ ਛਾਂ ਪਾ ਦਈਏ ਤੇ ਇਥੋਂ ਹੋਰ ਵੀ ਭੱਜ ਜਾਏਗਾ ਯਾਰ। ਭਰਾ ਤੂੰ ਆ ਚੱਕ ਲੈ, ਚੱਕ ਵੀ ਲੈ ਤੂੰ, ਬਸ ਆਪਣਾ ਹਿਸਾਬ ਸਿੱਧਾ, ਕੋਈ ਅਸਲੀ ਹੈ ਉਹ ਭਰਾਵਾ ਸੁਨਿਆਰੋ ਤੋਂ ਚੱਕ ਕਰਾ ਲਈ, ਜੇ ਨਕਲੀ ਨਿਕਲ ਜਾ ਮੁੱਛ ਮਰਾ ਦੂ। ਕੋਈ ਨੀ ਤੈਨੂੰ ਰਿਸ਼ਤਾ ਪੱਕਾ ਕਰਾਉਂਗਾ ਮੈਂ, ਕਿੰਨੇ ਕੁ ਦਿਨਾਂ ਚ ਕਰਾ ਦੇਗਾ? ਬਸ ਖੜ 1-2 ਦਿਨ ਬਸ, ਠੀਕ ਆ ਹੁਣ ਛੇਤੀ ਕਰਾ ਦੇ, ਹੁਣ ਸਬਰ ਨਹੀਂ ਹੁੰਦਾ ਤੇਰਾ। ਆ ਗਈ ਉਹ ਕੁੜੀ ਦੀ ਫੋਟੋ, ਮੜੀ ਦਿਖਾਉਣਾ ਖੜ ਜਾ, ਓਏ ਇੰਜ ਕਰੀ ਆ ਮੇਰੇ ਫੋਨ ਚ ਪਾਈ, ਓਏ ਨਾ ਹੈ ਨਹੀਂ ਫੋਨ ਤੇ ਨਹੀਂ ਪਾਉਂਦੇ ਫੋਟੋ, ਪਾ ਦੇ ਯਾਰ ਫੋਟੋ, ਚੱਲ ਪਾ ਲੈ ਯਾਰ ਪਾ ਲੈ, ਵੀਰ ਬਣ ਕੇ ਇਹਦੇ ਚ ਪਾਈ, ਕਿਉਂ ਦੇਖ ਬਹੁਤ ਕੰਜਰ ਤੇ ਖਾਸੀ ਸੋਹਣੀ ਆ, ਰੂਹ ਵਰਗੀ ਚਿੱਟੀ ਨਾ ਜਮਾ, ਜੇ ਤੂੰ ਕਰਾ ਦੇ ਰਿਸ਼ਤਾ ਉਹ ਤੇਰੇ ਦਾ ਪੈਰ ਧੋਤੋ ਪੀਵਾ ਮੈਂ। ਮੈਂ ਕਿਹਾ ਕੋਈ ਗੱਲ ਨੀ ਤੂੰ ਭਾਈਆ ਵੱਡਾ ਯਾਰ ਆਪਣਾ, ਧੋਖਾ ਨਾ ਕਰੀ ਬਾਈ ਮੇਰੇ ਨਾਲ, ਧੋਖਾ ਮੈਂ ਕਿਹਾ ਧੋਖਾ ਨੀ ਕਰਦੇ ਆਪਾਂ, ਇਸੇ ਕੁੜੀ ਦਾ ਲੈਣਾ ਆਪਾਂ ਤੇ ਰਿਸ਼ਤਾ, ਕੋਈ ਚੱਕਰ ਨਾ ਮੰਨ ਚੰਗਾ, ਠੀਕ ਆ ਓਕੇ ਠੀਕ ਆ। ਇੱਕ ਤਾਂ ਮਾਜਲੀ
ਇੱਕ ਤਾਂ ਕਬੂਤਰ ਪਸਾ ਲਿਆ ਹੁਣ ਇਹਨੂੰ ਤਾਂ ਕਰਾਵਾਂ ਡੋਲਾ ਵਾ ਕੀ ਕਰਦੀ ਮੇਰੀ ਜਾਨ ਜਾਨ ਲਾਈ ਇੱਕ ਸੂਟ ਤਾਂ ਲੈ ਕੇ ਦੇ ਨਹੀਂ ਹੁੰਦਾ ਉਹ ਸੂਟਾਂ ਦੀ ਗੱਲ ਛੱਡ ਤੂੰ ਅੱਖਾਂ ਬੰਦ ਕਰ ਹੁਣ ਕੀ ਆ ਕਰਤਾ ਸੀ ਮੈਨੂੰ ਨਹੀਂ ਪਤਾ ਅੱਖਾਂ ਦਾ ਬੰਦ ਕਰ ਲਾ ਹੱਥ ਕਰ ਆਪਦਾ ਆ ਦੇਖ ਇਹ ਕੀ ਚੈੱਕ ਤਾਂ ਕਰ ਇਹ ਕਿਹਦੀ ਮਾਰ ਲਈ ਤੈਨੂੰ ਕਿਹਾ ਸੀ ਨਾ ਨੇਰੀ ਲਿਆ ਦਾਂਗੇ ਆਪਾਂ ਪੈਸੇ ਤੇ ਸ਼ਾਂਪਾਂ ਦੀ ਤਾਂ ਸਹੀ ਗੱਲ ਹੈ ਨਾ ਦੇਖ ਫਿਰ ਸਹੀ ਲੱਗਦੀ ਆ ਤੂੰ ਜਾਈ ਚੱਲੀ ਤੇ ਸ਼ਾਂਪਾਂ ਆਉਂਦੀਆਂ ਰਹਿਣਗੀਆਂ ਦੇਖ ਸੋਹਣੀ ਆ ਕੁੜੀ ਬਾਈ ਜਮਾ ਇੱਕ ਨੰਬਰ ਮਗਰੋਂ ਨਾ ਕਹਿੰਦੀ ਮੈਨੂੰ ਕਿਤੇ ਨਾ ਨਾ ਬਾਈ ਤੈਨੂੰ ਕੋ ਕਹਿਣਾ ਅੱਜ ਦੱਸ ਦੇ ਹੁਣ ਨਾ ਨਾ ਬਾਈ ਜਮਾ ਓਕੇ ਆ ਬਸ ਫਿਰ ਰਿਸ਼ਤਾ ਤਾਂ ਮੈਨੂੰ ਪਹਿਲਾਂ ਵੀ ਹੋ ਜਾਂਦਾ ਅੱਛਾ ਬਸ ਆ ਜ਼ਮੀਨ ਘੱਟ ਕਰਕੇ ਤੈਨੂੰ ਪਤਾ ਹੀ ਕੋਈ ਗੱਲ ਨਹੀਂ ਹਾਂ ਇਹੀ ਲੈ ਉੱਚਾ ਅੰਦਰ ਵਾਲੀ ਜਦੋਂ ਵਿਹੜੇ ਚ ਛਲ ਚਲ ਕਰਦੀ ਫਿਰਦੀ ਬਸ ਫਿਰ ਰੱਖੀ ਧਿਆਨ ਨਾ ਬਸ ਤੇਰਾ ਭਾਈ ਬੈਠਾ ਬਸ ਠੀਕ ਹੈ ਬਾਈ ਚਲ ਠੀਕ ਹੈ ਫਿਰ ਓਕੇ ਬਾਈ ਓਕੇ ਕਰਦਾ ਮੈਂ ਗੱਲ ਠੀਕ ਹੈ ਬਾਈ ਠੀਕ ਹੈ ਚੱਲ ਸ਼ੁਕਰਾ ਪਿੰਡ ਚ ਪਤਾ ਤਾਂ ਨਹੀਂ ਕਿਸੇ ਨੂੰ ਵੀ ਮੈਂ ਵਿਆਹਿਆ ਹੋਇਆ ਹੈਲੋ ਜੀ ਆਪਣਾ ਕੰਮ ਹੋ ਗਿਆ ਤੇ ਮੈਨੂੰ ਡਰ ਬੜਾ ਲੱਗੀ ਜਾਂਦਾ ਚਲੋ ਕਿਤੇ ਆਉਣਾ ਜਾਵੇ ਮੈਂ ਤੁਹਾਨੂੰ ਬਾਅਦ ਚ ਫੋਨ ਕਰਦੀ ਹਾਂ ਓਕੇ ਕੀ ਹਾਲ ਆ ਸੋਹਣੇ ਹੋ ਇੱਕ ਵਾਰੀ ਮੂੰਹ ਤਾਂ ਦਿਖਾ ਦਿਓ ਕੋਈ ਗੱਲ ਨੀ ਮੂੰਹ ਵੀ ਦਿਖਾ ਦੂੰਗੀ ਤੁਹਾਡੇ ਕੋਲ ਹੀ ਆ ਪਹਿਲਾਂ ਦੁੱਧ ਤਾਂ ਪੀ ਲਓ ਲਿਆਓ ਦੁੱਧ ਹਲੋ ਜੀ ਲਓ ਗਲਾਸ ਜੀ ਦੁੱਧ ਤਾਂ ਬਾਲਾ ਸਵਾਦ ਸੀਗਾ ਮੈਂ ਤਾਂ ਤੇਰੀ ਕਦੋਂ ਦੀ ਵੇਟ ਕਰੀ ਜਾਂਦਾ ਸੀ ਹੁਣ ਤਾਂ ਦਿਖਾ ਦਿਓ ਮੈਨੂੰ ਲੈ ਇਹਨੂੰ ਤਾਂ ਪਿਲਾਤਾ ਦੁੱਧ ਦੇਖ ਲਾ ਮੇਰਾ ਮੂੰਹ ਰੁਕ ਛੂ ਪਹਿਲਾਂ ਇੰਨੀ ਕਾਲੀ ਕਾਲੀ ਪਹਿਲਾਂ ਦੁੱਧ ਤਾਂ ਪੀ ਲੋ ਹਾਂਜੀ ਪਿਓ ਜੀ
ਹਾਂ ਕੀ ਓਏ, ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਿਆ, ਲੱਗਦਾ ਲੁੱਟੇ ਗਏ। ਗੱਲ ਧਿਆਨ ਨਾਲ ਸੁਣ ਲੈ ਇੱਕ ਵਾਰੀ ਹੁਣ। ਹਾਂਜੀ। ਕੱਲ ਨੂੰ ਅਮਲੀ ਜੀ ਨਾਲ ਬਹਿ ਤੇਰਾ, ਠੀਕ ਹੈ ਜੀ? ਤੇ ਧਿਆਨ ਰੱਖੀ ਉਹਦੇ ਨਾਲ। ਠੀਕ ਹੈ, ਅੱਗੇ ਮੇਰੇ ਤੋਂ ਕੋਈ ਬਚ ਗਿਆ, ਐਂ ਗਈ ਤੇ ਐਂ ਆਈ। ਪਰ ਉਹ ਅਮਲੀ ਆ, ਤੇਜ਼ ਬਹੁਤ ਹੈ। ਛੱਡ ਦਿਓ ਤੁਸੀਂ, ਤੁਹਾਨੂੰ ਮੇਰੇ 'ਤੇ ਯਕੀਨ ਹੈ ਨਾ? ਯਕੀਨ ਤਾਂ ਹੈਗਾ, ਕੰਮ ਕਰਦੀ ਮੈਂ ਸਰ। ਠੀਕ ਹੈ ਜੀ, ਤੁਸੀਂ ਟੈਨਸ਼ਨ ਨਾ ਲਓ। ਓ ਛੜੇ ਨੂੰ ਪਟੋਲੇ ਜਿੱਤੇ ਆ ਗਈ ਰਾਨਨੀ, ਓ ਕਰਤਾ ਛੜੇ ਦਾ ਬੇੜਾ ਤਨ ਤਨ ਨੀ। ਹੁਣ ਨੀ ਦੱਬਦੇ ਤਾਲੇ, ਸ਼ਰੀਕਾਂ ਨੂੰ ਮਚਾ ਦਾਂਗੇ। ਓ ਕੀ ਹਾਲ ਆ ਸੋਹਣਿਓ, ਓ ਘੁੰਡ ਤਾਂ ਚੱਕਦੇ। ਅੱਛਾ ਵਾ ਜੀ, ਦੁੱਧ ਤਾਂ ਪੀ ਲਈ ਪਹਿਲਾਂ। ਓ ਖੜ ਜਾ, ਦੁੱਧ ਵੀ ਪੀਲਾਂਗੇ, ਦੁੱਧ ਵੀ ਪੀਲਾਂਗੇ। ਤੂੰ ਇੱਕ ਕੰਮ ਕਰ, ਤੂੰ ਪਹਿਲਾਂ ਪਾਣੀ ਦਾ ਗਲਾਸ ਪਿਆ। ਪਿੰਡ ਚ ਜਿੰਨੀਆਂ ਵੀ ਬਹੂਆਂ ਭੱਜੀਆਂ, ਸਾਰੀਆਂ ਦੁੱਧ ਦਾ ਗਲਾਸ ਪਿਆ ਕੇ ਭੱਜੀਆਂ। ਤੇ ਰਿਸ਼ਤਾ ਉਹਨਾਂ ਦਾ ਵੀ ਜੱਸੇ ਨੇ ਕਰਾਇਆ ਸੀਗਾ। ਕਿਤੇ ਐ ਨਾ ਹੋਵੇ ਕਿ ਜੱਸਾ ਹੀ ਫੁੱਦੂ ਬਣਾਉਂਦਾ ਹੋਵੇ। ਹੁਣ ਦੇਖਦੇ ਆ ਮਿੱਤਰਾਂ ਨੂੰ ਕਿਹੜਾ ਫੁੱਦੂ ਬਣਾਉਂਦਾ। ਓਏ ਬੱਲੇ ਬੱਲੇ, ਆਵਾਜ਼ ਆ। ਅੱਜ ਤਾਂ ਚੂੜੇ ਵਾਲੀ ਦੇ ਹੱਥੋਂ ਪਾਣੀ ਮਿਲੂਗਾ ਪੀਣ ਨੂੰ। ਚੱਲ ਬਈ, ਉਹ ਬਣਾ ਦੇ ਦੁੱਧ ਜਿਹੜਾ ਪਿਲਾਉਣਾ। ਲਿਆਓ ਜੀ ਲਿਆਓ ਬਈ, ਤੁਸੀਂ ਵੀ ਪੀਓ। ਅੱਜ ਤੱਕ ਕਿਸਮਤ ਖੁੱਲ ਗਈ, ਸਾਰਾ ਪਿੰਡ ਅਮਲੀ ਅਮਲੀ ਕਹੀ ਜਾਂਦਾ ਸਾਰਾ। ਹੁਣ ਜੱਟ ਨਾ ਕੋਈ ਬੋਲ ਕੇ ਦਿਖਾਵੇ। ਓਏ ਆ ਕੀ ਹੋਈ ਜਾਂਦਾ, ਉਹ ਕੀ ਗੱਲ ਆ? ਠੀਕ ਤਾਂ ਹੈ? ਹਾਂਜੀ ਮੈਂ ਬਿਲਕੁਲ ਠੀਕ ਹੈ। ਅਬਰ ਐ ਕਾ ਤੋ ਕਰੀ ਜਾਂਦੀ ਆ? ਵੈਸੇ ਪਾ ਜਾ, ਨੀਂਦ ਆ ਰਹੀ। ਪਾ ਜਾ ਪਾ ਜਾ, ਤੂੰ ਨੀਂਦ ਆਉਂਦੀ ਪਾ ਜਾ। ਇਹਨੂੰ ਕੀ ਹੋ ਗਿਆ ਓਏ? ਗੱਲ ਸੁਣ, ਉਹ ਐਡੀ ਛੇਤੀ ਨੀਂਦ ਆ ਗਈ ਤੈਨੂੰ? ਓਏ ਇਹਨੂੰ ਕੀ ਹੋ ਗਿਆ ਓਏ? ਉਹ ਹਿਲਦੀ ਨੀ ਤੇ ਉੱਠ ਜਾ। ਇਹਦਾ ਮਤਲਬ ਦੁੱਧ ਚ ਹੀ ਗੜਬੜ ਸੀ। ਮਿੱਤਰਾਂ ਨੂੰ ਪਾਗਲ ਬਣਾਉਣਾ ਕੋਈ ਸੌਖੀ ਗੱਲ ਆ? ਚੱਲ ਕੋਈ ਨਾ, ਆਪਾਂ ਨੂੰ ਕੀ ਆ ਬਈ, ਪੈਪ ਗਲਾਸ ਚੱਕੋ ਪਾਸੇ ਰੱਖੋ। ਉਹ ਮਿੱਤਰਾਂ ਦਾ ਤਾਂ ਵਿਆਹ ਹੋ ਹੀ ਗਿਆ ਬਈ, ਇਹਨੂੰ ਪਤਾ ਨੀ ਕੀ ਹੋ ਗਿਆ। ਮੈਨੂੰ ਤਾਂ ਲੱਗਦਾ ਸੀ
ਜੱਟ ਨੂੰ ਵੀ ਬੇਵਕੂਫ ਬਣਾਉਣ ਦੇ ਪਲਾਨ ਚੱਲਦੇ ਸੀ। ਉਹ ਜੱਟ ਨੂੰ ਕਿਤੇ ਪਾਗਲ ਬਣਾਉਣਾ ਸੌਖਾ ਹੈ, ਅੱਜ ਤਾਂ ਆਪ ਹੀ ਕਬੂਤਰੀ ਛੱਤਰੀ ਤੇ ਆ ਕੇ ਬਹਿ ਗਈ, ਹੁਣ ਨਹੀਂ ਉੱਡਣ ਦਿੰਦਾ। ਜੇ ਅਮਲੀ ਦੀ ਕਬੂਤਰੀ ਉੱਡ ਗਈ ਸਾਰੇ ਅਮਲਿਆਂ ਦੀ ਬੇਇੱਜ਼ਤੀ ਹੋ ਜੂ, ਐ ਕਿਤੇ ਉੱਡਣ ਦਿੰਦੇ ਆ। ਅੱਠ ਵੱਜ ਗਏ ਰਾ, ਹਜੇ ਤੱਕ ਆਈ ਨਹੀਂ, ਫੋਨ ਲਾ ਕੇ ਪੁੱਛਦਾ। ਹੈਲੋ, ਹਾਂਜੀ, ਉਹ ਨਹੀਂ ਪਤਾ ਕੀ ਹੋਇਆ, ਜੋ ਗੋਲੀਆਂ ਵਾਲਾ ਦੁੱਧ ਸੀ ਨਾ ਉਹ ਅਮਲੀ ਨੇ ਮੈਨੂੰ ਪਿਲਾਤਾ, ਮੈਨੂੰ ਤਾਂ ਨੀਂਦ ਹੀ ਬੜੀ ਹੋਈ, ਮੈਨੂੰ ਪਤਾ ਹੀ ਨਹੀਂ ਲੱਗਾ। ਹਾਂ ਵੈਸੇ ਮੈਂ ਅੱਜ ਰਾਤ ਨਿਕਲਣ ਨੂੰ ਕੋਸ਼ਿਸ਼ ਕਰੂੰਗੀ, ਅਤੇ ਹੁਣ ਤਾਂ ਦਿਨ ਹੋ ਗਿਆ ਨਾ, ਹੁਣ ਤਾਂ ਮੈਂ ਨਿਕਲ ਨਹੀਂ ਸਕਦੀ, ਰਾਤ ਨੂੰ ਨਿਕਲੂੰਗੀ ਮੈਂ। ਚਲੋ ਠੀਕ ਹੈ, ਮੈਨੂੰ ਲੱਗਦਾ ਉਹ ਆ ਗਿਆ, ਚਲੋ ਠੀਕ ਹੈ। ਕਿੱਦਾਂ ਤੂੰ ਤਾਂ ਸੋਈ ਵਾਲੀ ਗਈ ਮੇਰੇ ਸਾਲੇ ਦੀ ਮਾਂ, ਸਾਰੀ ਰਾਤ ਦਿਨ ਉਠਾਲੀ ਗਿਆ ਹੈ ਤੂੰ ਤਾਂ, ਐ ਜਿਵੇਂ ਨੀਂਦ ਦੀਆਂ ਗੋਲੀਆਂ ਖਾ ਕੇ ਸੁੱਤੀ ਹੁੰਦੀ ਆ। ਇਹਨਾਂ ਤਾਂ ਨਜ਼ਰ ਚ ਅਮਲ ਹੀ ਨੀ ਰਿਹਾ ਕਦੀ, ਕਮਾਲ ਦੀਆਂ ਗੱਲਾਂ। ਉਹ ਮੈਨੂੰ ਪਤਾ ਨੀ ਲੱਗਿਆ ਜੀ, ਬਸ ਥਕਾਵਟ ਹੀ ਇੰਨੀ ਹੋ ਗਈ ਸੀ। ਅੱਛਾ, ਉਹ ਚੱਲ ਕੋਈ ਨਾ, ਟੈਨਸ਼ਨ ਨੀ ਲੈਣੀ। ਹੋਰ ਸੁਣਾ, ਕੁਛ ਖਾਧਾ ਪੀਤਾ? ਨਹੀਂ ਨਹੀਂ ਹਲੇ ਹੁਣੇ ਉੱਠੀ ਆ। ਚੱਲ ਕੋਈ ਨਾ, ਸੁਰਮਾਨ ਕਰ, ਆਪਾਂ ਥਣੇ ਮਿਲਦੇ ਆ, ਠੀਕ ਆ? ਮੈਂ ਪਿੰਡ ਦਾ ਸਾਰਾ ਗੇੜਾ ਮਾਰ ਕੇ ਆਉਣਾ, ਅੱਜ ਤਾਂ ਸੁੱਖਣਾ ਵਧਾਈਆਂ ਬਾਹਲੀਆਂ ਮਿਲਦੀਆਂ ਮੈਨੂੰ ਚਾਰੇ ਪਾਸੇ, ਸ਼ਾਮ ਨੂੰ ਮਿਲਦੇ ਆ ਥਣੇ ਨੂੰ, ਠੀਕ ਆ? ਤੂੰ ਭੈ ਕਰ ਰੈਸਟ। ਹੋ ਬਿੱਲੋ ਜੱਟ ਨੇ ਡਰਾਲਾ ਪਾਉਣਾ ਏ, ਹੋ ਡਾਲੇ ਤੇ ਗੋਤ ਲਗਾਉਣਾ ਏ। ਕੱਲ ਦੁੱਧ ਪੀ ਕੇ ਤੂੰ ਸਾਰੀ ਰਾਤ ਸੁੱਤੀ ਰਹੀ, ਮੈਂ ਤੈਨੂੰ ਬੁਲਾਉਂਦਾ ਰਿਹਾ, ਨਾ ਕੋਈ ਗੱਲ ਨਾ ਬਾਤ। ਚੱਲ ਬਈ ਆ ਦੇ ਉਸਤਾਦ ਜੀ ਕਰਤੇ ਆਪਾਂ ਪਲੇ, ਹੁਣ ਗਾਣਾ ਆਪਾਂ ਕਿਹੜਾ ਲਾ ਦਈਏ ਬੱਬੂ ਮਾਨ ਦਾ, ਉਹ ਲਾ ਦਈਏ ਪੀ ਲੈਂਦੇ ਦੁੱਧ ਤੁਸੀਂ। ਕਦ ਪਿਆਰ ਹੋ ਗਿਆ, ਕਦ ਪਿਆਰ ਹੋ ਗਿਆ, ਦੁੱਧ ਪੀ ਲੈਂਦੇ ਤੁਸੀਂ। ਉਹ ਜੜ ਦੁੱਧ ਨੂੰ ਤੂੰ, ਹੋਰ ਇਹਨੂੰ ਆ ਜਾ ਮੇਰੇ ਨੇੜੇ, ਆ ਜਾ ਗਾਣਾ ਸੁਣਦੇ ਆ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਲੋਕੀ ਉਹੀ ਅਮਲੀ ਅਮਲੀ ਕਹੀ ਜਾਂਦੇ ਨੇ, ਪਰ ਬੰਦਾ ਦਿਲ ਦਾ ਮਾੜਾ ਨਹੀਂ ਹੈਗਾ, ਉਹ ਤੋਂ ਫੈਨ ਬੱਬੂ ਮਾਨ ਦਾ। ਕੀ ਕਰਾਂ, ਇੱਕ ਉਹ ਬੰਦਾ ਜਿਹਨੇ ਸਾਰੀ ਦੁਨੀਆ ਲੁੱਟ ਲੁੱਟ ਕੇ ਖਾ ਲਈ, ਤੇ ਕੀ ਹੈ ਦਿਲ ਦਾ ਸਾਫ ਆਈ ਨਹੀਂ ਹਜੇ ਤੱਕ ਯਾਰ, ਫੋਨ ਲਾ ਕੇ ਪੁੱਛ ਜਾਣਾ ਬਾਰੇ। ਪਿਆਰ ਕਰਦਾ ਆ ਗਿਆ ਫੋਨ।
ਗਿਆ ਫੋਨ। ਹੈਲੋ ਹੈਲੋ ਆਈ ਨਹੀਂ ਗਈ ਤੱਕ? ਨਹੀਂ ਮੈਂ ਨਹੀਂ ਆਉਣਾ। ਕੀ? ਮੈਂ ਨਹੀਂ ਆਉਣਾ। ਆਉਣਾ ਨਹੀਂ? ਮੇਰਾ ਦਿਲ ਨਹੀਂ ਮੰਨਦਾ। ਇਹ ਕੀ ਕਹਿਣੀ ਤੂੰ? ਕੱਟ ਗਈ। ਮੈਂ ਕੀ ਕਰਾਂ? ਫੋਨ ਕਿਉਂ ਕੱਟਿਆ? ਜਦੋਂ ਮੈਂ ਤੁਹਾਨੂੰ ਕਹਿਤਾ ਮੈਂ ਨਹੀਂ ਆਉਣਾ। ਤੇਰਾ ਦਿਮਾਗ ਦਾ ਸੈੱਟ ਹੈ? ਮੈਂ ਨਹੀਂ ਆਉਣਾ। ਫੇਰ ਕੱਟਤਾ। ਮੈਂ ਨਹੀਂ ਆਉਣਾ। ਮੇਰਾ ਤਾਂ ਹੁਣ ਇੱਥੇ ਜੀ ਲੱਗ ਗਿਆ। ਲੋਕਾਂ ਨੂੰ ਫੁੱਦੂ ਲਾਉਂਦੇ ਲਾਉਂਦੇ ਆਪਦੀ ਫੁੱਦੂ ਲਵਾ ਲਿਆ।